जन्म हो सकता है, लेकिन जे भाव पंज दा स्वामी ग्रह ते बृहस्पति भाव छे या अठ दे विच होवे तां संतान होण दे विच प्रॉब्लम्स आ जांदियां हन। वर्ष फल दे विच जदों मंगल ते शुक्र फिर केतु ते बुध इन्हां दे विच कोई भी भाव एक दे विच आ जाण तां शनि दा साथ हो जाए तां भाव पंज दे विच जिहड़ा है नर ग्रह होण ते नाल नाल भाव दो दे विच चंद्र ते मंगल होण, फिर चंद्र या फिर जिहड़ा नर ग्रह कि सूरज मंगल बृहस्पति भाव एक दे विच आ जाण, या फिर कदा केतु भाव एक दे विच या फिर 12 दे विच आ जाए तां इह वर्ष जिहड़ा संतान दे जन्म दा वर्ष मन्निया जांदा है। भाव दो दे विच मंगल शुक्र केतु बुध फिर जिहड़ा है बुध या चंद्र फिर पंजवें दे विच या छेवें दे विच होवे तां कन्यावां ज्यादा होंदियां, केतु चौथे च होवे तां पुत्र ज्यादा होंदे आ। वर्ष फल दे विच जे चंद्रमा नष्ट हो रहा होवे तां जातक दी संतान भी नष्ट हो जांदी है। ऐसी हालत दे विच स्त्री दे सामने मूलियां रख के 43 दिन तक मंदर च रहिंदे रहो। व्यापार ते कारोबार दे बारे लाल किताब दे उपाय नोट करो। ज्यादातर लोग दुकानदारी, ठेकेदारी, फिर दवाई फैक्ट्री, कारखाना, तेल, पत्थर, बजरी, ट्रांसपोर्ट, चमड़ा, रबड़ का काम करके या फिर नौकरी पेशा होकर अपना निर्वाह करते हैं, लेकिन कुछ राजनीति नाल कुछ दलाली नाल भी संपन्न बन जाते हैं जिन्हों का काम जो है चुनाव ग्रहों के विपरीत होता है। सो ऐसी हालत उन्होंने जो है सफलता नहीं मिल पाती। शराब, लोहा, सीमेंट, ट्रांसपोर्ट, लकड़िया, भवन निर्माण, जूते, चमड़े या रबड़ के काम, डॉक्टरी वकालत, रेत, बजरी, पत्थर के काम शनि के आ गए हैं। सो यह काम उस ही जातक को लभ दे जिदा शनि ठीक हो। भाव 2, 4, 7, 9, 10, 11, 12 ਦੇ ਵਿੱਚ ਜਿਨ੍ਹਾਂ ਦਾ ਸ਼ਨੀ ਹੁੰਦਾ ਤੇ ਉਹਨਾਂ ਦੇ ਉੱਤੇ ਸੂਰਜ ਯਾਨੀ ਕਿ ਸ਼ਨੀ ਦੇ ਸ਼ਤਰੂ ਦੀ ਨਜ਼ਰ ਨਾ ਪੈ ਰਹੀ ਹੋਵੇ ਤਾਂ ਉਹਨਾਂ ਦੇ ਲਈ ਜਿਹੜਾ ਹੈ ਇਹ ਕੰਮ ਲਾਭਕਾਰੀ ਹੁੰਦੇ ਆ। ਇਸ ਤੋਂ ਇਲਾਵਾ ਜਦੋਂ ਸ਼ਨੀ ਪਹਿਲੇ 5ਵੇਂ 8ਵੇਂ ਜਪੰਦਾ ਤੇ ਜਾਤਕ ਜਿਹੜਾ ਹੈ ਸ਼ਨੀ ਦੇ ਕੰਮ ਕਰਵਾ ਤਾਂ ਨਿਸ਼ਚਿਤ ਰੂਪ ਚ ਉਹਨੂੰ ਨੁਕਸਾਨ ਹੋਵੇਗਾ। ਲਾਲ ਕਿਤਾਬ ਦੇ ਮੁਤਾਬਿਕ ਰਾਹੂ 9ਵੇਂ ਦੇ ਵਿੱਚ, ਬ੍ਰਹਸਪਤੀ 12ਵੇਂ ਦੇ ਵਿੱਚ, ਮੰਗਲ ਪਹਿਲੇ ਦੇ ਵਿੱਚ ਹੋਵੇ ਤਾਂ ਜਾਤਕ ਸ਼ਨੀ ਦੇ ਕੰਮ ਦਾ ਲਾਭ ਹਾਸਲ ਕਰ ਸਕਦਾ ਹੈ, ਲੇਕਿਨ ਬ੍ਰਹਸਪਤੀ 10ਵੇਂ ਵਾਲੇ ਸ਼ਨੀ ਦੇ ਕੰਮ ਉਹਨੂੰ ਫਲ ਨਹੀਂ ਦੇ ਸਕਦੇ। ਜਦਕਿ ਬ੍ਰਹਸਪਤੀ ਦੇ ਚੰਦਰ ਜਿਹੜਾ 10ਵੇਂ ਚ ਹੋਵੇ ਤਾਂ ਉਹ ਜਿਹੜਾ ਸ਼ਨੀ ਦੇ ਕੰਮ ਕਰ ਸਕਦਾ ਹੈ ਇਨਸਾਨ। ਵਿਸ਼ੇਸ਼ ਤੌਰ ਤੇ ਸ਼ਨੀ ਜਦੋਂ ਭਾਵ ਨੰਬਰ 2 ਵਾਲੇ ਜਾਤਕ ਦੇ ਸਸੁਰਾਲ ਵਾਲੇ ਜਾਂ ਫਿਰ ਜਿਹੜਾ ਹੈ ਸ਼ਨੀ ਦਾ ਹੀ ਕੰਮ ਕਰ ਰਿਹਾ ਹੋਵੇ ਤਾਂ ਵਿਆਹ ਤੋਂ ਬਾਅਦ ਉਹਨੂੰ ਹਾਨੀ ਉਠਾਉਣੀ ਪੈ ਸਕਦੀ ਹੈ। ਇਸ ਲਈ ਜਿਹੜਾ ਵਿਅਕਤੀ ਆਪ ਸ਼ਨੀ ਦਾ ਕਾਰੋਬਾਰ ਕਰਦਾ ਹੋਵੇ ਉਹ ਆਪਣੀ ਕੰਨਿਆ ਦਾ ਵਿਆਹ ਜਿਹੜਾ ਸ਼ਨੀ ਨੰਬਰ 2 ਵਾਲੇ ਜਾਤਕ ਦੇ ਨਾਲ ਬਿਲਕੁਲ ਨਾ ਕਰੇ ਜਿਸ ਨਾਲ ਨੁਕਸਾਨ ਆ ਸਕਦਾ ਹੈ। ਇਹ ਸਾਰੀ ਹੀ ਜਾਣਕਾਰੀ ਤੁਸੀਂ ਸਾਡੇ ਅਖਬਾਰ ਵਾਇਸ ਆਫ ਏਸ਼ੀਅਨ ਨੂੰ ਮੰਗਵਾ ਕੇ ਇਹਦੇ ਵਿੱਚ ਪੜ੍ਹ ਸਕਦੇ ਹੋ। ਜੇ ਤੁਹਾਨੂੰ ਕਾਰੋਬਾਰ ਦੇ ਵਿੱਚ ਰੁਕਾਵਟ ਮਹਿਸੂਸ ਹੋ ਰਹੀ ਹੈ, ਵਪਾਰ ਬੰਦ ਹੈ, ਸੰਤਾਨ ਨਹੀਂ ਹੋ ਰਹੀ, ਸ਼ਾਦੀ ਦੇ ਵਿੱਚ ਦੇਰ ਹੋ ਰਹੀ ਹੈ, ਮੰਗਲਿਕ ਦੋਸ਼ ਹੈ, ਗੰਢ ਮੂਲ ਦੀ ਪ੍ਰੋਬਲਮ ਹੈ, ਕਰਜ਼ੇ ਸਿਰ ਤੇ ਉੱਤੇ ਆ ਰਹੇ ਨੇ, ਕਾਲ ਸਰਪ ਦੋਸ਼ ਦੀ ਪ੍ਰੋਬਲਮ ਹੈ, ਪੜ੍ਹਾਈ ਦੇ ਵਿੱਚ ਦਿੱਕਤਾਂ ਨੇ, ਘਰ ਦੇ ਵਿੱਚ ਬਰਕਤ ਨਹੀਂ ਹੈਗੀ, ਸ਼ਤਰੂ ਤੁਹਾਨੂੰ ਪਰੇਸ਼ਾਨ ਕਰ ਰਹੇ ਨੇ, ਕੋਰਟ ਕਚਹਿਰੀ ਦੇ ਮਾਮਲੇ ਤੁਹਾਡੇ ਉੱਤੇ ਹਾਵੀ ਹੋਏ ਨੇ, ਵਿਦੇਸ਼ ਯਾਤਰਾ ਨਹੀਂ ਹੋ ਪਾ ਰਹੀ, ਤੁਹਾਨੂੰ ਮਹਿਸੂਸ ਹੁੰਦਾ ਕਿ ਤੁਹਾਡੇ ਉੱਤੇ ਕੀਤਾ ਕਰਾਇਆ, ਖਲਾਇਆ ਪਲਾਇਆ ਜਾਂ ਕੋਈ ਉਪਰੀ ਕਸਰ ਹੈ, ਤੁਸੀਂ ਨਸ਼ਿਆਂ ਤੋਂ ਦੂਰ ਨਹੀਂ ਹੋ ਪਾ ਰਹੇ, ਤੁਹਾਨੂੰ ਲੰਬੀ ਬਿਮਾਰੀ ਹੈ ਜਾਂ ਘਰੇਲੂ ਕਲਾ ਕਲੇਸ਼ ਅਸ਼ਾਂਤੀ ਹੈਗੀ ਹੈ, ਘਰ ਨਹੀਂ ਬਣ ਪਾ ਰਿਹਾ, ਪਿਆਰ ਦੇ ਵਿੱਚ ਧੋਖਾ ਮਿਲ ਗਿਆ ਜਾਂ ਕੋਈ ਸੋਤਨ ਤੋਂ ਪਰੇਸ਼ਾਨੀ ਹੈ ਜਾਂ ਘਰ ਦੇ ਵਿੱਚ ਵਾਸਤੂ ਦੋਸ਼ਾਂ ਦੀ ਪ੍ਰੋਬਲਮ ਆ ਰਹੀ ਹੈ, ਤੁਹਾਡੀ ਕਿਸਮਤ ਮੰਦੀ ਹੈ। ਜੇ ਇਦਾਂ ਦੀਆਂ ਕੋਈ ਵੀ ਸਮੱਸਿਆਵਾਂ ਨੇ ਤਾਂ ਉਹਦੇ ਇੱਕ ਵੈਦਿਕ ਹੱਲ ਦੇ ਲਈ ਤੁਸੀਂ ਸਾਨੂੰ ਆਪਣਾ ਟੇਵਾ ਦਿਖਾ ਕੇ ਉਹਦਾ ਹੱਲ ਪੁੱਛ ਸਕਦੇ ਹੋ। ਹੁਣ ਦੱਸੀਏ ਜੀ ਨੁਕਤੇ ਦੇ ਬਾਰੇ। ਜੇ ਕੰਨ ਦੇ ਵਿੱਚ ਦਰਦ ਹੋ ਰਿਹਾ ਹੈ ਸੋ ਐਸੀ ਹਾਲਤ ਦੇ ਵਿੱਚ ਪਿਆਜ਼ ਦਾ ਰਸ ਗਰਮ ਕਰਕੇ ਕੰਨ ਦੇ ਵਿੱਚ ਬੂੰਦ ਬੂੰਦ ਕਰਕੇ ਟਪਕਾਓ, ਕੰਨ ਦਰਦ ਦੇ ਵਿੱਚ ਨਿਸ਼ਚਿਤ ਰੂਪ ਤੁਹਾਨੂੰ ਆਰਾਮ ਮਿਲੇਗਾ। ਬਹੁਤ ਵਾਰੀ ਸਾਡੀ ਬਿਮਾਰੀ ਜਿਹੜੀ ਹੈ ਸਾਡੀ ਬਿਲਕੁਲ ਨਹੀਂ ਠੀਕ ਹੋ ਰਹੀ ਹੁੰਦੀ, ਅਸੀਂ ਬਹੁਤ ਸਾਰੀਆਂ ਦਵਾਈਆਂ ਲੈਂਦੇ ਹਾਂ ਫਿਰ ਵੀ ਠੀਕ ਨਹੀਂ ਹੁੰਦੇ। ਐਸੀ ਹਾਲਤ ਦੇ ਵਿੱਚ ਸਾਨੂੰ ਟੇਵਾ ਜ਼ਰੂਰ ਦਿਖਾਉਣਾ ਚਾਹੀਦਾ ਕਿਉਂਕਿ ਸਾਨੂੰ ਪਤਾ ਲੱਗ ਜਾਂਦਾ ਕਿ ਕਿਹੜੇ ਗ੍ਰਹਿ ਦੇ ਕਾਰਨ ਜਿਹੜਾ ਹੈ ਕਿਹੜੀ ਬਿਮਾਰੀ ਆ ਰਹੀ ਹੈ, ਤੇ ਛੋਟੀਆਂ ਛੋਟੀਆਂ ਜੜੀਆਂ ਬੂਟੀਆਂ ਦੇ ਨਾਲ ਵੀ ਤੁਸੀਂ ਬਹੁਤ ਜ਼ਿਆਦਾ ਲਾਭ ਲੈ ਸਕਦੇ ਹੋ। ਤੇ ਜੇ ਤੁਸੀਂ ਪੁੱਛਣਾ ਚਾਹੋ ਤਾਂ ਤੁਸੀਂ ਟਾਈਮ ਲੈ ਕੇ ਨਾਮ ਨੋਟ ਕਰਾ ਕੇ ਸਾਡੇ ਕੋਲ ਆ ਕੇ ਆਪਣੇ ਉਹਨਾਂ ਮਾੜੇ ਗ੍ਰਹਿਆਂ ਦੇ ਬਾਰੇ ਪੁੱਛ ਸਕਦੇ ਹੋ ਜਿਹੜੇ ਤੁਹਾਨੂੰ ਰੋਗ ਦੇ ਰਹੇ ਆ, ਤੇ ਉਹਦੇ ਬਾਰੇ ਸੁਝਾਵ ਲੈ ਸਕਦੇ ਹੋ ਕਿ ਕਿੱਦਾਂ ਤੁਹਾਡੇ ਰੋਗ ਉਹਨਾਂ ਗ੍ਰਹਿਆਂ ਦੇ ਦਾਨ ਪੁੰਨ ਖੁਦ ਕਰਕੇ ਜਲਦੀ ਠੀਕ। ਵਾਸਤੂ ਦੇ ਵਿੱਚ ਗੱਲ ਕਰਦੇ ਹਾਂ, ਭਵਨ ਦੀ ਛੱਤ ਤੇ ਫਰਸ਼ ਨੂੰ ਜਿਹੜਾ ਹੈ ਉਹਦੀ ਉੱਤਰ ਪੂਰਬ ਵੱਲ ਹੀ ਢਲਾਨ ਬਣਾਓ। ਇਹ ਵਾਸਤੂ ਦੀ ਇੱਕ ਸਹੀ ਸਥਿਤੀ ਬਣਦੀ ਹੈ, ਜਿੰਨਾ ਖਾਨਦਾਨ ਦਾ ਵਾਧਾ ਹੁੰਦਾ ਹੈ ਧਨ ਈਸ਼ਵਰਿਆ ਦੀ ਪ੍ਰਾਪਤੀ ਹੁੰਦੀ ਹੈ। ਉੱਤਰ ਪੂਰਬ ਦਾ ਕੋਨਾ ਗੋਲ ਜਾਂ ਕੱਟਿਆ ਹੋਇਆ ਭੁੱਲ ਕੇ ਵੀ ਨਾ ਬਣਾਓ, ਬਲਕਿ ਉੱਤਰ ਪੂਰਬ ਦੇ ਕੋਨੇ ਨੂੰ ਉੱਚਾ ਤੇ ਜਿਹੜਾ ਹੈ ਉੱਠਿਆ ਹੋਇਆ ਵੀ ਨਾ ਬਣਾਓ। ਸੋ ਇਹਨੂੰ ਜਿਹੜਾ ਹੈ ਸ਼ੇਸ਼ ਕੋਨੇ ਦੇ ਮੁਤਾਬਕ ਜਿਹੜਾ ਹੈ ਉਦੋਂ ਨੀਚਾ ਰੱਖੋਗੇ ਤਾਂ ਜ਼ਿਆਦਾ ਵਧੀਆ ਰਿਜ਼ਲਟਸ ਮਿਲਣਗੇ। ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਵਾਸਤੂ ਦੋਸ਼ ਹੁੰਦਾ ਹੈ, ਟਾਇਲਟ ਗਲਤ ਜਗ੍ਹਾ ਤੇ ਬਣੀ ਹੈ, ਮੰਦਰ ਗਲਤ ਜਗ੍ਹਾ ਤੇ ਬਣਿਆ, ਰਸੋਈ ਗਲਤ ਜਗ੍ਹਾ ਤੇ ਬਣੀ ਹੈ। ਇਸ ਹਿਸਾਬ ਦੇ ਨਾਲ
ਘਰ ਦੇ ਵਿੱਚ ਟਲਾਨ ਜਿਹੜੀ ਹੈ ਕਿੱਥੇ ਰੱਖਣੀ ਹੈ ਉੱਥੇ ਨਹੀਂ ਹੈ, ਟੈਂਕੀ ਕਿੱਥੇ ਹੈ ਉੱਥੇ ਨਹੀਂ ਹੈ, ਟੋਇਲਟ ਪਿੱਟ ਜਿੱਥੇ ਨਹੀਂ ਹੋਣਾ ਚਾਹੀਦਾ ਉੱਥੇ ਹੈ। ਇਹੀ ਕਾਰਨ ਹੈ ਕਿ ਲੋਕ ਬਹੁਤ ਬਿਮਾਰ ਰਹਿੰਦੇ ਨੇ। ਜੇ ਤੁਹਾਡੇ ਘਰ ਦਾ ਵਾਸਤੂ ਵੀ ਖਰਾਬ ਹੈ ਤਾਂ ਤੁਸੀਂ ਜਾਂ ਸਾਡਾ ਪਰਸਨਲ ਵਿਜ਼ਿਟ ਕਰਵਾ ਸਕਦੇ ਹੋ ਜਾਂ ਸਾਡੇ ਕੋਲ ਨਕਸ਼ਾ ਲਿਆ ਕੇ ਉਹਨੂੰ ਚੈੱਕ ਕਰਵਾ ਕੇ ਬਿਨਾਂ ਤੋੜੇ ਭੰਨੇ ਆਪਣੇ ਘਰ ਦਾ ਵਾਸਤੂ ਨਿਸ਼ਚਿਤ ਰੂਪ ਵਿੱਚ ਬਹੁਤ ਵਧੀਆ ਬਣਾ ਸਕਦੇ ਹੋ। ਪਰ ਪਿਆਰੇ ਦਰਸ਼ਕੋ, ਆਉਣ ਤੋਂ ਪਹਿਲਾਂ ਟਾਈਮ ਜ਼ਰੂਰ ਲੈ ਲਿਓ। ਰੁਦਰਾਕਸ਼ ਦੀ ਗੱਲ ਕਰਦੇ, ਚਾਰ ਮੁਖੀ ਰੁਦਰਾਕਸ਼ ਜਿਹੜਾ ਹੈ ਪਿਤਾਮਾ ਬ੍ਰਹਮਾ ਜੀ ਦੇ ਸਰੂਪ ਵਾਲਾ ਹੈ, ਜਿਹਨੂੰ ਧਾਰਨ ਕਰਨ ਦੇ ਨਾਲ ਜਿਹੜਾ ਹੈ ਇਨਸਾਨ ਨੂੰ ਸਮਰਿਧੀ ਤੇ ਉੱਤਮ ਆਰੋਗਿਆ ਦੀ ਪ੍ਰਾਪਤੀ ਹੁੰਦੀ ਹੈ। ਯਾਨੀ ਕਿ ਇਹਦੇ ਧਾਰਨ ਕਰਨ ਦੇ ਨਾਲ ਸਿਹਤ ਠੀਕ ਰਹਿੰਦੀ ਹੈ, ਇਸ ਚ ਨਰ ਹੱਤਿਆ ਦੇ ਪਾਪ ਨੂੰ ਦੂਰ ਕਰਨ ਦੀ ਅਦੁੱਤੀ ਸ਼ਕਤੀ ਹੁੰਦੀ ਹੈ, ਜਿਹਦੇ ਨਾਲ ਮਹਾਨ ਗਿਆਨ ਸ਼ੁੱਧੀ ਤੇ ਸੰਪਤੀ ਦੇ ਨਿਮਿਤ ਵੀ ਭਗਵਾਨ ਸ਼ਿਵ ਜੀ ਦੇ ਭਗਤ ਨੂੰ ਧਾਰਨ ਕਰਨਾ ਚਾਹੀਦਾ ਹੈ। ਸੋ ਅਸੀਂ ਦੱਸ ਦਈਏ ਕਿ ਸਾਰੀ ਹੀ ਜਾਣਕਾਰੀ ਰੁਦਰਾਕਸ਼ ਦੀ ਤੇ ਜਿਹੜੀ ਵਸਤੂ ਦੀ ਵੀ ਤੁਸੀਂ ਸਾਡੇ ਅਖਬਾਰ ਵਾਇਸ ਆਫ ਏਸ਼ੀਆ ਦੇ ਵਿੱਚ ਪੜ੍ਹ ਸਕਦੇ ਹੋ, ਜਿਹਨੂੰ ਤੁਸੀਂ ਮੰਗਵਾ ਸਕਦੇ ਹੋ। ਰੁਦਰਾਕਸ਼ ਭਗਵਾਨ ਸ਼ਿਵ ਜੀ ਦੀ ਸ਼ਕਤੀ ਦਾ ਆਸ਼ੀਰਵਾਦ ਹੈ। ਰੁਦਰਾਕਸ਼ ਪਾਉਣ ਦੇ ਨਾਲ ਜਿੱਥੇ ਤੁਹਾਡਾ ਬੀਪੀ ਠੀਕ ਹੁੰਦਾ ਹੈ ਉੱਥੇ ਤੁਹਾਨੂੰ ਕੰਸੈਂਟ੍ਰੇਸ਼ਨ ਮਿਲਦੀ ਹੈ ਤੇ ਸਰੀਰ ਦੀ ਸਾਰੀ ਫਾਲਤੂ ਗਰਮੀ ਜਿਹੜੀ ਰੁਦਰਾਕਸ਼ ਬਾਹਰ ਕੱਢ ਦਿੰਦਾ ਹੈ। ਤੁਹਾਨੂੰ ਹਰ ਇਨਸਾਨ ਨੂੰ ਇੱਕ ਰੁਦਰਾਕਸ਼ ਜ਼ਰੂਰ ਪਾਉਣਾ ਚਾਹੀਦਾ ਹੈ, ਆਪਣੇ ਲਗਨ ਦੇ ਮੁਤਾਬਿਕ ਜਾਂ ਆਪਣੀ ਰਾਸ਼ੀ ਦੇ ਮੁਤਾਬਿਕ। ਰੁਦਰਾਕਸ਼ ਦੇ ਨਾਲ ਕੰਸੈਂਟ੍ਰੇਸ਼ਨ ਬਹੁਤ ਜ਼ਿਆਦਾ ਮਿਲਦੀ ਹੈ। ਜਿੰਨੇ ਵੀ ਸਟੂਡੈਂਟਸ ਪੜ੍ਹਾਈ ਕਰ ਰਹੇ ਨੇ ਉਹਨਾਂ ਨੂੰ ਜ਼ਰੂਰ ਰੁਦਰਾਕਸ਼ ਪਾਉਣਾ ਚਾਹੀਦਾ, ਜਿਹਦੇ ਨਾਲ ਯਾਦ ਰੱਖਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਮਿਲਦੀ ਹੈ। ਲੇਕਿਨ ਰੁਦਰਾਕਸ਼ ਨੂੰ ਪਾਉਣ ਤੋਂ ਪਹਿਲਾਂ ਇੱਕ ਚੀਜ਼ ਦਾ ਜ਼ਰੂਰ ਧਿਆਨ ਦਿਓ ਕਿ ਜੇ ਤੁਸੀਂ ਕੋਈ ਵੀ ਨਸ਼ਾ ਕਰਦੇ ਹੋ ਜਾਂ ਕੋਈ ਵੀ ਤੁਸੀਂ ਨਾਨ ਵੈਜ ਖਾਂਦੇ ਹੋ ਤਾਂ ਰੁਦਰਾਕਸ਼ ਤੁਸੀਂ ਬਿਲਕੁਲ ਨਹੀਂ ਪਾ ਸਕਦੇ। ਇਹਨਾਂ ਚੀਜ਼ਾਂ ਦਾ ਤਿਆਗ ਕਰਨਾ ਪਏਗਾ ਤਾਂ ਹੀ ਤੁਹਾਨੂੰ ਮਿਲ ਪਾਏਗਾ ਭਗਵਾਨ ਭੋਲੇ ਸ਼ੰਕਰ ਜੀ ਦਾ ਆਸ਼ੀਰਵਾਦ ਰੁਦਰਾਕਸ਼ ਦੇ ਰੂਪ ਦੇ ਵਿੱਚ। ਆਪਣਾ ਟੇਵਾ ਦਿਖਾ ਕੇ ਤੁਸੀਂ ਸਾਨੂੰ ਵੀ ਪੁੱਛ ਸਕਦੇ ਹੋ ਕਿ ਤੁਹਾਡੇ ਕਿਹੜਾ ਰੁਦਰਾਕਸ਼ ਪਵੇਗਾ। ਸੋ ਇੱਕ ਚੀਜ਼ ਅਸੀਂ ਜ਼ਰੂਰ ਕਹਿਣੀ ਚਾਹਾਂਗੇ ਕਿ ਜੋਤਿਸ਼ ਦੇ ਨਾਂ ਤੇ ਵਹਿਮਾਂ ਭਰਮਾਂ ਦੇ ਵਿੱਚ ਬਿਲਕੁਲ ਨਾ ਪਾਓ, ਕਿਉਂਕਿ ਬਹੁਤ ਸਾਰੇ ਲੋਕ ਸਾਨੂੰ ਕੰਪਲੇਂਟਸ ਕਰਦੇ ਆ ਰੂਟੀਨ ਦੇ ਵਿੱਚ ਕਿ ਅਸੀਂ ਫਲਾਣੇ ਕੋਲ ਗਏ ਹੋਏ, ਸਾਡੇ ਤੋਂ 50,000 ਲੈ ਲਿਆ, ਟਿਮਕਾਨੇ ਕੋਲ ਗਏ ਉਹਨੇ ਸਾਡੇ ਤੋਂ 1.5 ਲੱਖ ਲੈ ਲਿਆ, ਅਸੀਂ ਉਹਦੀ ਐਡ ਪੜ੍ਹੀ ਸੀਗੀ, ਐਡ ਦੇਖੀ ਸੀਗੀ ਕਿ ਘਰ ਬੈਠੇ ਬੜਾ 5 ਮਿੰਟ ਦੇ ਵਿੱਚ ਚਮਤਕਾਰ ਹੋ ਜਾਊਗਾ, ਲੇਕਿਨ ਅਸੀਂ ਤਾਂ ਚਮਤਕਾਰ ਦੇਖਣ ਤੋਂ ਤਰਸੇ ਰਹੇ ਤੇ ਲੁੱਟੇ ਗਏ। ਜੋਤਿਸ਼ ਕੈਲਕੂਲੇਟਰ ਸਾਇੰਸ ਹੈ, ਛੋਟੇ ਛੋਟੇ ਦਾਨ ਪੁੰਨ ਪਾਠ ਪੂਜਾ ਉਪਾਏ ਖੁਦ ਕਰੋ, ਨਿਸ਼ਚਿਤ ਰੂਪ ਚ ਤੁਹਾਨੂੰ ਲਾਭ ਮਿਲੇਗਾ। ਪਿਆਰੇ ਦਰਸ਼ਕੋ, ਇਹ ਸਾਡਾ ਅਖਬਾਰ ਵਾਇਸ ਆਫ ਏਸ਼ੀਆ। ਤੁਸੀਂ ਪੂਰੇ ਹਫਤੇ ਦੇ ਵਿੱਚ ਜਿੰਨੇ ਵੀ ਟੀਵੀ ਦੇ ਉੱਤੇ ਸਾਡੇ ਟੋਟਕੇ, ਵਾਸਤੂ, ਨੁਕਤੇ, ਰੁਦਰਾਕਸ਼ ਤੇ ਰਤਨਾ ਬਾਰੇ ਤੇ ਜੋਤਿਸ਼ ਦੇ ਵੱਖ ਵੱਖ ਟੋਪਿਕਸ ਦੇ ਬਾਰੇ ਜਾਣਕਾਰੀ ਹਾਸਲ ਕਰਦੇ ਹੋ ਸਾਡੇ ਤੋਂ, ਸਾਰੀ ਦੀ ਸਾਰੀ ਸਾਡੇ ਇਸ ਅਖਬਾਰ ਦੇ ਵਿੱਚ ਉਪਲਬਧ ਹੈਗੀ ਹੈ। ਇਹ ਹਫਤੇ ਦੇ ਹਫਤੇ ਅਸੀਂ ਅਖਬਾਰ ਤੁਹਾਨੂੰ ਬਾਏ ਪੋਸਟ ਭੇਜ ਸਕਦੇ ਹਾਂ। ਜਿਹੜੇ ਵੀ ਲਗਵਾਉਣਾ ਚਾਹੁੰਦੇ ਆ ਸਿਰਫ 120 ਰੁਪਏ ਦਾ ਚੰਦਾ ਜਿਹੜਾ ਭੇਜ ਕੇ ਸਾਡੇ ਅਖਬਾਰ ਨੂੰ ਤੁਸੀਂ ਲਗਵਾ ਸਕਦੇ ਹੋ ਜੀ। ਮੇਰੇ ਕੰਮ ਵਿੱਚ ਥੋੜੀ ਪ੍ਰੋਬਲਮ ਆ ਰਹੀਆਂ ਸੀਗੀਆਂ ਜਿਹਦੇ ਕਰਕੇ ਮੇਰਾ ਕੰਮ ਵਿੱਚ ਮਨ ਨਹੀਂ ਲੱਗ ਰਿਹਾ ਸੀ। ਮੈਂ ਸੁਖਵਿੰਦਰ ਜੀ ਕੋਲ ਗਿਆ, ਉਹਨਾਂ ਨੇ ਮੈਨੂੰ ਥੋੜੇ ਉਪਾਏ ਦੱਸੇ, ਉਹਨਾਂ ਉਪਾਏ ਕਰਨ ਦੇ ਨਾਲ ਮੇਰਾ ਕੰਮ ਵੀ ਲੱਗਿਆ, ਮੇਰਾ ਕੰਮ ਵੀ ਚੱਲਿਆ ਤੇ ਮੈਂ ਪੂਰਾ ਉਹਨਾਂ ਦੇ ਉਪਾਇਆਂ ਦੇ ਨਾਲ ਬਿਲਕੁਲ ਸਹੀ ਹਾਂ। ਮੇਰਾ ਨਾਮ ਪ੍ਰਣਵ ਹੈ, ਮੇਰੇ ਕੋਲ ਸੁਖਵਿੰਦਰ ਜੀ ਨੇ ਕਿਹਾ ਥਾ, ਮੇਰੇ ਕੋਲ ਥੋੜੀ ਪ੍ਰੋਬਲਮ ਸੀ ਤੋ ਸੁਖਵਿੰਦਰ ਜੀ ਕੇ ਪਾਸ ਮੈਂ ਗਿਆ ਥਾ, ਉਹਨਾਂ ਨੇ ਮੇਰੇ ਕੋ ਕਹਾ ਕਿ ਕਾਨ ਮੈਂ ਛੇਕ ਕਰਾਓ, ਕੋਈ ਮਤਲਬ ਡਾਲੋ, ਔਰ ਕਾਫੀ ਚੀਜ਼ਾਂ ਮੈਨੇ ਪਹਿਨੀ ਹੋਈ ਹੈ, ਇਹ ਰਾਮ ਨਾਮ ਕਹੀਏ, ਜਾਪ ਮਾਲਾ ਵੀ ਡਾਲੀ ਹੋਈ ਹੈ, ਔਰ ਉਸਸੇ ਮੇਰੀ ਪ੍ਰੋਬਲਮ ਸਾਫ। ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਤਨ ਦਾ ਇੱਕ ਬੀਸਾ ਯੰਤਰ ਨੂੰ ਤੁਸੀਂ ਵਿਸ਼ੇਸ਼ ਮੁਹਰਤ ਦੇ ਵਿੱਚ ਸਿੱਧ ਕਰਕੇ ਤੁਸੀਂ ਧਾਰਨ ਕਰੋ, ਬਹੁਤ ਵਧੀਆ ਰਿਜ਼ਲਟ ਮਿਲੇਗਾ। ਇਹਦੇ ਨਾਲ ਤੁਸੀਂ ਮੰਤਰ ਜਪ ਸਕਦੇ ਹੋ, ਓਮ ਸ਼੍ਰੀ ਹਰੀ ਸ਼੍ਰੀ ਕਮਲੇ ਕਮਲਾਲੇ ਪਸੀ ਪਸੀ ਸ਼੍ਰੀ ਹਰੀ ਸ਼੍ਰੀ ਮਹਾਲਕਸ਼ਮੀ ਨਮਾ। ਸੋ ਤੁਸੀਂ ਇਸ ਯੰਤਰ ਨੂੰ ਆਪਣੀ ਤਿਜੋਰੀ ਦੇ ਵਿੱਚ ਵੀ ਰੱਖ ਸਕਦੇ ਹੋ, ਜਿਹਦੇ ਨਾਲ ਅੱਛਾ ਰਿਜ਼ਲਟ ਮਿਲ ਸਕਦਾ ਹੈ। ਇਸ ਮੰਤਰ ਨੂੰ ਤੁਸੀਂ ਸਾਡੇ ਅਖਬਾਰ ਵਾਇਸ ਆਫ ਏਸ਼ੀਆ ਦੇ ਵਿੱਚ ਪੜ੍ਹ ਸਕਦੇ ਹੋ। ਜੇ ਤੁਹਾਨੂੰ ਤੁਹਾਡੀ ਜਨਮ ਤਰੀਕ, ਸਮਾਂ, ਸਥਾਨ ਕੁਛ ਵੀ ਨਹੀਂ ਪਤਾ, ਬਿਲਕੁਲ ਘਬਰਾਓ ਨਾ। ਜੋਤਿਸ਼ ਦੇ ਵਿੱਚ ਛੋਟੇ ਛੋਟੇ ਟੋਟਕੇ ਕਰਕੇ ਵੀ ਤੁਸੀਂ ਆਪਣੀ ਸਮੱਸਿਆ ਦਾ ਹੱਲ ਹਰ ਹਾਲ ਚ ਕਰ ਸਕਦੇ ਹੋ। ਲੇਕਿਨ ਬਹੁਤ ਜ਼ਰੂਰੀ ਹੈ ਕਿ ਉਦੋਂ ਪਹਿਲਾਂ ਟਾਈਮ ਲੈ ਲਓ, ਇਸ ਲਈ ਫੋਨ ਚੱਕੋ, ਸਾਡਾ ਨੰਬਰ ਘੁਮਾਓ ਤੇ ਉਸ ਤੋਂ ਬਾਅਦ ਟਾਈਮ ਲੈ ਕੇ ਆਓ, ਭਗਵਾਨ ਤੁਹਾਡੀ ਸਮੱਸਿਆ ਜ਼ਰੂਰ ਹੱਲ ਕਰਨਗੇ। ਸੋ ਰਤਨਾ ਦੇ ਨਾਲ ਜੁੜੀਆਂ ਹੋਈਆਂ ਕੁਛ ਗੱਲਾਂ ਜਿਹਨੂੰ ਤੁਸੀਂ ਉਹਨਾਂ ਦਾ ਪਾਲਣ ਜ਼ਰੂਰ ਕਰਨਾ ਹੈ। ਯਾਨੀ ਕਿ ਕੋਈ ਵੀ ਰਤਨ ਜਿਹੜਾ ਅਵਾਸਤਵਿਕ ਕੱਟਿਆ ਫੜਿਆ ਜਾਂ ਦੁਸ਼ ਚਿੰਨ੍ਹਾਂ ਨਾਲ ਯੁਕਤ ਜਾਂ ਚੁਰਾਇਆ ਹੋਇਆ ਜਾਂ ਹਿੰਸਾ ਕਰਕੇ ਹੱਤਿਆ ਕਰਕੇ ਖੋਇਆ ਹੋਇਆ ਜਾਂ ਸਿੱਧ ਕਿਰਤ ਤੋਂ ਬਿਨਾਂ ਹੈਗਾ,
वर्जित रंग वाला है बनावटी है अशुभ मुहूर्त या फिर जो पातकी या दुर्भाग्यपूर्ण व्यक्ति द्वारा प्रदान किया गया तो त्याज्य होंगे यानी कि यह नहीं पा सकते। सो ऐसा रतन धारण करने हमेशा नुकसान की स्थिति होंगी है। सो वक् वक् रतनों के संबंधित जानकारी थोड़ा देने जा रहे हैं, नोट करिए। मिथुन जरा लगन वाले व्यक्ति पहला गल करें मानिक की। सो मिथुन लगन वाले व्यक्ति के लिए मानिक कभी भी शुभ नहीं होता। कन्या लगन के जातक को भी मानिक धारण करना हानिकारक हो सकता है। ऐसा ही तुला लगन वाले व्यक्ति को मानिक वधिया नहीं रहता। कुंभ ते मकर लगन वाले जातक भी मानिक पाके कष्ट हासिल करते हैं। अंगूठी के मानिक के नाल मेल निगम से हीरा बिल्कुल नहीं पाने चाहिए। मोती की गल करते हैं, वरिष्ठ लगन वाले जातक मोती अशुभ होता है। सो पुराने समय तो ही मिथुन लगन वाले मोती धारण करना वर्जित है। सिंह लगन के लिए मोती माड़े फल दिता है। तुल लगन के जन्मे व्यक्ति के लिए मोती का प्रभाव कल्याणकारी नहीं होंगे। मकर लगन के जातकों की भी मोती तो हानि होती है, शंका रहती है। ऐसी ही अनिष्टकारी स्थिति कुंभ लगन वाले रहती है। सो मोती धारण करने वाले जातकों के लिए यह बिल्कुल प्रतिबंध है कि वह अनुकूल ग्रह लगन के ग्रह के बावजूद हीरा पन्ना नीलम या गुमेद बिल्कुल ना पाए। मुंगे की गल करते हैं, वरिष्ठ लगन का जातक मुंगा कभी ना पावे ता ही ठीक रहेगा। सो मिथुन लगन वाले व्यक्ति को भी मुंगा जड़ा है माड़े नतीजे दे सकता है। कन्या लगन वाला व्यक्ति मुंगा पाके संकट ग्रस्त हो सकता है। तुला लगन का जातक भी मुंगा ना पावे। सो कुंभ लगन वाले व्यक्ति को भी मुंगा धारण करने के संकट आ जाते हैं। सो ये सारी जानकारी साढ़े अखबार वॉइस ऑफ एशियंस के विच तुहानू मिल सकती है, जिहड़ी पढ़ के तुसी लाभ उठा सकते हो। रत्नां दे विच बहुत ज्यादा शक्ति होंदी है। यह रत्नों जो असं पाने तो ये कॉन्फिडेंस भी आता है, साड़िया बहुत सारिया प्रॉब्लम्स दूर होंगे। लेकिन साड़ा परसनल एक्सपीरियंस है, असं जिन्हें भी लोगों के कुंडलियां देखिया उन्होंने 95% लोगों के या तो गलत रत्न पाए होंगे या नकली पाए होंगे या वह पाए होंगे जिन्हों की लोड़ बिल्कुल नहीं है। जोड़े रतन पहने चाहिए है उन्होंने नेड़े की कभी नहीं निकलते। रतन सूरज दिरणा लैके शरीर तक पहुँचते हैं तो एक चमत्कारी प्रभाव दिखाते हैं। जे तुसी भी कोई भी रतन पाना चाहते हैं तो उदू पहला सानू अपनी कुंडली जरूर चैक करा सकते हो। तो असं तुहानू सुजैसट कर सकते हैं कि तुहानू किहड़ा रतन पाना चाहिए। तो साडे कोल एक उपरतन की सिद्ध की हुई अंगूठी सिर्फ 700 रुपए तो लैके तुसी पा के निश्चित रूप दे नाल प्रभु का आशीर्वाद हासिल कर सकते हो। अज दे राशिफल विच मेष राशि वाले अज बिना सोचे समझे कितने भी सिग्नेचर ना करेंगे तो तुहानू कोई ना कोई वड्डी मुसीबत पै सकती है। वृष राशि वाले विदेश तो चंगे सुख स्नेह सवेरे सवेरे आने के मन प्रसन्न रहेगा। मिथुन राशि वाले थोड़े बॉस के नाल चंगा प्यार बन सकता है, तरक्की के चांसेस हो सकते हैं। कर्क राशि वाले अज का दिन जरा मान सम्मान दिया रहेगा। सिंह राशि वाले विदेश चंगा नाम मिलेगा। कन्या राशि वाले अज थोड़ी जी नौकरी खतरे च जा सकती है। तुला राशि वाले एक्सीडेंट की संभावना हो सकती है। वृश्चिक राशि वाले गुआचिया हुई चीजा अज मिल सकती है। धनु राशि वाले कारोबार अज बुलंदियां रहेगा। मकर राशि वाले रिश्तेदार सहयोग के नाल वड्डे मोर्चे मारोगे। कुंभ राशि वाले नाम सम्मान मिलेगा। मीन राशि वाले राजनीति के छाए रहोगे। बहुत सारे दर्शक पूछते हैं कि सुखविंदर जी असं आप आके थोड़ा मिलना चाहते हैं, थोड़े तो तकदीर का हाल जानना चाहते हैं, थोड़े तो रतन रुद्राक्ष लेके पाना चाहते हैं, वास्तु का विजिट करवाना चाहते हैं या नक्शा चेक करवाना चाहते हैं। प्यारे दर्शकों, इन सारिया चीजों के लिए तुम सब तो पहला साढ़े तो समा ले सकते हो, फिर आके बारे पूछ सकते हो। साडा पता नोट कर लो, ज्योतिषी सुखविंदर 30G सराबा नगर लुधियाना पंजाब इंडिया। फोन नंबर 94170-2533 ते 98-726-2533। साडे इस प्रोग्राम नूं तुसी फेसबुक दे उत्ते ते यूट्यूब दे उत्ते देख सकते हो। नाल ही नाल साडे अखबार वॉइस ऑफ एशियंस दे विच वी इहदे बारे पढ़ सकते हो। दांत तो पहला कहोंगे सब तो वड्डा दरजा मां दा, जदों भी घरों जांदे हो मां दे चरण छू के जाओ, पिता जी का आशीर्वाद लैके जाओ, गुरु जी ने दस्से रस्ते ते चलो, झूठ ना बोलो, गालां ना कड्ढो, किसी दा माड़ा ना करो। तकदीर थोड़ी हर हाल च बहुत ज्यादा वधिया होएगी। दसवन कढ़ के नेक कम्मां च लगा करो, धीआं नूं कुखां च मारो, हर घर दे बाहर एक रुख जरूर लगा दिया करो। देखो तुहाडे सारे किन्ने वधिया हुंदे आ। हाँ, साडा अखबार वॉइस ऑफ एशियन पढ़ना ना भुलियो, जिहदे च साडी सारी जानकारी तुहानूं मिल सकदी है। कल फिर मिलदे हां जी, नमस्कार। ज्योतिषी सुखविंदर 30G सराबा नगर लुधियाना पंजाब इंडिया। फोन नंबर 94170-2533 ते 98-726-2533।